तो हेलो गाइस, वेलकम बैक माय अनदर व्लॉग। तो कैसे हो आप सब लोग? आई होप कि सब बहुत कैंट होंगे, चढ़ती कला बच्चे होंगे। तो गाइस आज का व्लॉग कुछ ऐदा का है कि कलू है 23 तरीक, यानी कि साढ़े जिले के सब तो बड़े मेले का लास्ट दिन। तो हूँ कलू जावे, तो अज की मेले दियारियां मैं थोड़ा दसदा है। सब तो पहला मेरा एक यार दोस्त है लंगोटिया यार शिव, ਜਾਂ ਤੁਸੀਂ ਪਹਿਲਾਂ ਵਾਲੇ ਬਲੌਗਾਂ ਦੇ ਵਿੱਚ ਵੀ ਦੇਖਿਆ ਹੋਣਾ, ਤਾਂ ਉਹਨੂੰ ਲਿਆ ਜਾਣਾ। ਉਹਦਾ ਘਰ ਹੈ ਪਹਾੜਾਂ ਦੇ ਵਿੱਚ, ਮਿਲਦੇ ਹਾਂ ਸ਼ਿਵ ਕੋਲ ਜਾ ਕੇ ਰਾਸਤੇ ਦੇ ਵਿੱਚ ਛੋਟੇ ਛੋਟੇ। ਅਬੇ ਜਲਦੀ ਬੋਲ, ਕੱਲ ਸਵੇ ਪਨਵੇਲ ਨਿਕਲ। ਇੱਕ ਤਾਂ ਯਾਰ ਬੋਂਦਲ ਦਾ ਰੋਹ ਦਾ ਭੈਣ ਚੋ ਮੈਂ ਸਾਰਾ ਬਾਰ ਬੋਲੇ ਪੜ੍ਹਨ ਨਿਕਲੇ ਵਾਲੇ ਛਾਤਰੋਂ ਕੋ ਰਾਜਨੀਤੀ ਸੇ ਦੂਰ ਰਹਿਣਾ। ਨਾ ਬਈ ਸੋਰੀ, ਗਾਲ ਕੱਟੋਗੀ। ਛੋਟੇ ਛੋਟੇ ਛੋਟ ਦੱਸੂਗਾ ਤੁਹਾਨੂੰ ਮੈਂ ਰਾਸਤੇ ਦੇ। ਤੋ ਚਲੇ ਸ਼ੁਰੂ ਕਰਦੇ ਹਾਂ। ਤੋ ਗਾਇਸ ਮੈਨੇ ਸੋਚਿਆ ਕਿ ਯਾਰ ਟੋਪੀ ਟਾਪੀ ਲਗਾ ਲੈਂਦੇ ਹਾਂ, ਕਿਉਂਕਿ ਮਾਥਾ ਬਹੁਤ ਉੱਪਰ ਚਲਾ ਗਿਆ ਹੈ ਤੇਰੇ ਮਾਰੇ ਭਾਈ ਦਾ। ਮਿਕਸਰ ਹੀ ਬੋਲੇ ਕਰੂੰਗਾ ਯਾਰ ਮੈਂ, ਭਾਸ਼ਾ ਨਾ ਮਿਕਸਰ ਹੀ ਕਰੂੰਗਾ। ਤਾਂ ਮੈਂ ਸੋਚਿਆ ਹੁਣ ਕਾਹਦੇ ਪਰ ਜਾਇਆ ਜਾਵੇ ਸ਼ਿਵ ਨੂੰ ਲਿਆਉਣ। ਤਾਂ ਮੈਂ ਸੋਚਿਆ ਵੀ ਆਹ ਦੇਖੋ ਸਪਲੈਂਡਰ ਦਾ ਤਾਂ ਬੁਰਾ ਹਾਲ ਹੋਇਆ ਪਿਆ ਦੇਖੋ, ਹੈ ਨਾ ਜੀ। ਤਾਂ ਹੁਣ ਇਹਨੂੰ ਮੈਂ ਸਾਫ਼ ਕਰੂੰਗਾ, ਇੱਦਾਂ ਹੀ ਟਾਈਮ ਵੇਸਟ ਹੋ ਜਾਣਾ। ਮੈਂ ਕਹਿੰਦਾ ਵੀ ਇਹਦੇ ਪਰ ਚੱਲਦੇ ਅੱਜ ਸਕੂਟਰੀ ਪਰ, ਉਹਨੂੰ ਲਿਆਉਣ। ਠੀਕ ਹੈ ਜੀ, ਤਾਂ ਹੁਣ ਰਾਸਤੇ 'ਚ ਮਿਲਦੇ ਹਾਂ ਸਿੱਧਾ। ਤਾਂ ਗਾਈ ਹੁਣ ਮੈਂ ਥੋੜ੍ਹੇ ਬਹੁਤ ਪੈਸੇ ਮੰਗਣੇ ਆਪਣੀ ਮਾਤਾ ਸ਼੍ਰੀ ਦੇ, ਤਾਂ ਦੇ ਉਹਦਾ ਕਿਆ ਰਿਐਕਸ਼ਨ ਮੈਨੂੰ ਪੈਸੇ ਦਿੰਦੇ ਕਿ ਨਹੀਂ ਦਿੰਦੇ, ਤੇ ਕਿਆ ਕਹਿੰਦੇ, ਕਿਉਂਕਿ ਮੈਨੂੰ ਸਖ਼ਤ ਲੋੜ ਹੈ ਪੈਸਿਆਂ ਦੀ, ਬਹੁਤ ਲੋੜ ਹੈ ਮੈਨੂੰ ਪੈਸੇ ਮੈਨੂੰ ਚਾਹੀਦੇ ਹੈ। ਮਾਤਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੈਸਾ ਪੂਸਾ ਕੋਈ ਨੀ ਹੈਗਾ ਨੀ ਹੈ, ਉਹ ਕਰੋ, ਚਲੋ ਸੰਭਾਲ ਰੱਖੋ ਜਲਦੀ ਜਲਦੀ, ਟਾਈਮ ਹੋ ਗਿਆ। ਮੂਹੇ ਮੂਹੇ ਆਪਣੀ ਅੱਜ ਦੀ ਕਮਾਈ ਹੋ ਗਈ। ਤਾਂ ਗਾਇਜ਼ ਹੁਣ ਫਾਈਨਲੀ ਆਪਾਂ ਨਿਕਲ ਚੁੱਕੇ ਹਾਂ ਸ਼ਿਵ ਨੂੰ ਲਿਆਉਣੇ ਕੇ ਲਈ। ਜਾ ਰਹਾ ਹੂੰ, ਅਭੀ ਦੇਖ ਸਕਦੇ ਹੋ ਕੈਸੇ ਕਿ ਆਪ ਸਭੀ ਲੋਗ, ਓ ਮਾਈ ਗੋਡ ਖੱਡਾ ਲੱਗਿਆ। ਬਿਲਕੁਲ ਚੁੱਪ ਸ਼ਿਵ ਦੇ ਘਰਾਂ ਪੁੱਜ ਗਏ। ਹੁਣ ਸ਼ਿਵ ਦੇ ਰੂਮ ਚ ਬੈਠਾ, ਮੈਂ ਉਹਦਾ ਇੰਤਜ਼ਾਰ ਕਰ ਰਿਹਾ। ਉਹ ਕਹਿੰਦਾ ਮੈਂ ਰੇਡੀ ਹੋ ਕੇ ਆਇਆ, ਨਹਾ ਨੂ ਕੇ ਆਇਆ। ਤਾਂ ਹੁਣ ਆਪਾਂ ਚਾਹ ਚੂਹ ਪੀ ਕੇ ਵਿਹਲੇ ਹੋਏ ਆ, ਹੋਏ ਹੈ ਮਤਲਬ। ਤੋ ਅਬ ਜਾਏਂਗੇ ਆਗੇ ਕਾ ਪਲਾਨ ਕਰੇਂਗੇ ਕਿ ਕਹਾਂ ਜਾਣਾ ਹੈ, ਕਿਆ ਕਰਨਾ ਹੈ। ਤਾਂ ਗਾਇਸ ਜਿਸ ਕਰਕੇ ਮੈਂ ਸ਼ਿਵ ਕੋਲ ਆਇਆ ਥਾ, ਉਹ ਹੈ ਮੇਨ ਕਾਰਨ ਇਹ ਮੇਰੀਆਂ ਅਸਾਈਨਮੈਂਟਾਂ। ਠੀਕ ਹੈ ਜੀ, ਅਸਾਈਨਮੈਂਟਾਂ ਬਣ ਚੁੱਕੀਆਂ ਮੇਰੀਆਂ, ਇਹ ਲੈਣ ਆਇਆ ਤਾਂ ਮੈਂ ਇਸ ਬੰਦੇ ਦੇ। ਤਾਂ ਹੁਣ ਆਪਾਂ ਰੋਟੀ ਰਾਟੀ ਖਾ ਕੇ ਹੁਣ ਅੱਗੇ ਦਾ ਪਲੈਨ ਅਸੀਂ ਸੋਚੂਗੇ ਥੱਲੇ ਜਾ ਕੇ ਜਿੱਥੇ ਮੈਂ ਸਕੂਟਰੀ ਖੜਾਈ ਵੀ, ਕਿ ਅੱਗੇ ਦਾ ਅਸੀਂ ਕਿਆ ਸੋਚਿਆ ਵੀ ਕਿੱਥੇ ਜਾਣਾ, ਕਿਆ ਕਰਨਾ, ਕਿੱਦਾਂ ਤਿਆਰੀ ਕਰਨਾ। ਅਸੀਂ ਸ਼ਿਵ ਦੇ ਘਰਾਂ 'ਤੇ ਨਿਕਲਣ ਲੱਗੇ, ਇੱਧਰ ਵੀ ਦੇਖ ਲਾ ਓਏ ਆਸ਼ਕਾਰੀ ਸਮਝ ਗਈ। ਤਾਂ ਆਹ ਮੁੰਡਾ ਜੀ ਹੈ ਨਾ, ਇਹਨੂੰ ਲੈਣ ਆਏ ਤੇ ਅਸੀਂ ਤੇ ਅਸਾਈਨਮੈਂਟ ਲੈਣ ਆਏ ਤੇ। ਤਾਂ ਹੁਣ ਅਸੀਂ ਇੱਥੇ ਬਹਿ ਕੇ ਸੋਚਿਆ, ਵਿਚਾਰ ਕੀਤਾ ਬਹੁਤ ਕਿ ਅਬ ਹਮ ਕਹਾਂ ਜਾਏ, ਕੈਸੇ ਤਿਆਰੀ ਸ਼ੁਰੂ ਕਰੇ। ਤੋ ਅਸੀਂ ਸੋਚਿਆ ਵੀ ਸਭ ਤੋਂ ਪਹਿਲਾਂ ਵਾਲ ਕਟਾ ਦੇ, ਹੇਅਰ ਕੱਟ ਕਰਾ ਦੇ ਜਾ ਕੇ ਕੀਰਤਪੁਰ ਸਾਹਿਬ। ਤਾਂ ਚਲੋ ਸਿੱਧਾ ਹੁਣ ਕੀਰਤਪੁਰ ਸਾਹਿਬ ਜਾ ਕੇ ਮਿਲਦੇ ਹਾਂ। ਤਾਂ ਗਾਇਜ਼ ਫਾਈਨਲੀ ਅਸੀਂ ਕੀਰਤਪੁਰ ਸਾਹਿਬ ਪੁੱਜ ਗਏ, ਜਿੱਥੇ ਅਸੀਂ ਹੇਅਰ ਕੱਟ ਕਰਾਵਾਂਗੇ। ਪਹਿਲਾਂ ਕੰਡੀਸ਼ਨ ਦੇਖ ਲਓ ਵਾਲਾਂ ਦੀ, ਤਾਂ ਹੇਅਰ ਕੱਟ ਕਰਾ ਕੇ ਦੇਖ ਦੱਸਿਓ ਕਮੈਂਟ ਕਰਕੇ ਵੀ ਕਿੱਦਾਂ ਦੇ ਲੱਗੇ, ਹੈ ਨਾ। ਮੇਰੇ ਟੱਬ ਬੱਤੀ ਬੋਲ ਥੱਲੇ ਕਾਲੀ ਕਾਰ ਹੈ, ਟੱਬ ਬੱਤੀ ਬੋਲ।
ਫਾਈਨਲੀ ਅਸੀਂ ਹੇਅਰ ਕੱਟ ਕਰਾ ਕੇ ਪੁੱਜ ਗਏ ਘਰਾਂ, ਮਤਲਬ ਹਮ ਆਪਣੇ ਘਰ ਪਰ ਪਹੁੰਚ ਗਏ ਹੈ। ਤੋ ਇਸ਼ੀ ਬਾਈ ਕਾ ਹੇਅਰ ਕੱਟ ਹੈ, ਤੋ ਬਾਈ ਆਪਕਾ ਬਾਈ ਗੰਜਾ ਹੋ ਚੁੱਕਾ ਹੈ, ਸਾਲਾ ਇਹ ਦੁੱਖ ਹੈ ਖਤਮ ਨਹੀਂ ਹੋਤਾ। ਬਤਾਣਾ ਯਾਰ ਕਮੈਂਟ ਕਰਕੇ ਕਿ ਕਿੱਦਾਂ ਦਾ ਲੱਗ ਰਿਹਾ ਮੈਂ, ਕਿੱਦਾਂ ਦਾ ਨਹੀਂ। ਤਾਂ ਯਾਰ ਤਿਆਰੀ ਇਹੀ ਸੀ ਵੀ ਹਾਂ ਵੀ ਅਸੀਂ ਵਾਲ ਵੂਲ ਕਟਾਉਣੇ, ਤਾਂ ਮੈਂ ਸੋਚਿਆ ਵੀ ਹੁਣ ਮੈਂ ਸ਼ਿਵ ਨੂੰ ਦੱਸਿਆ, ਮੈਂ ਕਿਹਾ ਆਹ ਦੋ ਚੀਜ਼ਾਂ ਖੜੀਆਂ ਵੀ ਆ, ਸਪਲੈਂਡਰ ਤੇ ਆਪਣਾ ਸਕੂਟਰੀ ਖੜੀ ਵੀ, ਜੁਪੀਟਰ ਹੈ ਨਾ ਝੋਟਾ ਆਪਣਾ। ਤਾਂ ਇਹ ਕਹਿੰਦਾ ਵੀ ਸ਼ਿਵ ਕਹਿੰਦਾ ਵੀ ਇਹਦੇ ਬੜੇ ਹੋਰ ਨੇ ਜਿਹੜੇ ਲੱਗੇ ਵੇ, ਤੇ ਰੂਟਸ ਦੇ ਹੋਰ ਨੇ, ਬਾਕੀ ਮੋਡੀਫਾਈ ਕਰਾਇਆ ਵਾ ਜਿੱਦਾਂ ਕਿ ਹੈ ਨਾ, ਵੀ ਇਹਦਾ ਚਲਾਨ ਹੋ ਸਕਦਾ ਸਪਲੈਂਡਰ ਦਾ ਉੱਪਰ ਹਿਮਾਚਲ 'ਚ, ਕਿਉਂਕਿ ਟਾਇਰ ਸਕੋਪਟੀ ਹੈ ਪੰਜਾਬ 'ਚ ਤਾਂ ਜਦ ਚੱਲ ਪੈਂਦਾ ਧੱਕਾ, ਪਰ ਇੱਧਰ ਹਿਮਾਚਲ 'ਚ ਵੀ ਚਲਾਨ ਹੋ ਸਕਦਾ। ਇਸ ਕਰਕੇ ਕਹਿੰਦਾ ਵੀ ਸਕੂਟਰੀ ਬੈਸਟ ਹੈ। ਤਾਂ ਹੁਣ ਅਸੀਂ ਸਕੂਟਰੀ ਨੂੰ ਵੋਸ਼ ਵਾਸ਼ ਕਰਕੇ ਤਾਂ ਸਿੱਧਾ ਮੇਲੇ ਨੂੰ ਜਾਊਂਗੇ। ਤਾਂ ਹੁਣ ਅੱਜ ਦਾ ਬਲੌਗ ਇੱਥੇ ਹੀ ਮੁੱਕਦਾ ਵੀ ਹੈ ਨਾ, ਹੁਣ ਅਸੀਂ ਕੱਪੜੇ ਕੁੱਪੜੇ ਪੈਕਿੰਗ ਕਰੂੰਗੇ ਆਪਣੀ ਕੱਲ੍ਹ ਵਾਸਤੇ। ਤਾਂ ਜਿਹੜਾ ਨੈਕਸਟ ਬਲੌਗ ਆਉਣਾ ਉਹਦੇ ਵਿੱਚ ਦੱਸੂਗੇ ਵੀ ਅਸੀਂ ਮੇਲੇ ਨੂੰ ਚੱਲੇ, ਤਾਂ ਮੇਲੇ 'ਚ ਪੁੱਜ ਕੇ ਮੇਲਾ ਦਿਖਾਉਂਗੇ, ਘੁਮਾਉਂਗੇ ਫਿਰਾਉਂਗੇ ਤੁਹਾਨੂੰ। ਤਾਂ ਨਾ ਜ਼ਰੂਰ ਘੁੰਮੇ, ਤਾਂ ਬਲੌਗ ਨੂੰ ਵਧੀਆ ਲੱਗਿਆ ਹੋਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਤਾਂ ਭਰਾਵਾ ਯਾਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ। ਹੇਅਰ ਕੱਟ ਇੱਕ ਵਾਰੀ ਦੱਸ ਦਿਓ ਕਮੈਂਟ ਕਰਕੇ ਜੀ ਕਿੱਦਾਂ ਦਾ ਹੋਇਆ ਤੁਹਾਡੇ ਭਰਾ ਦਾ, ਇੱਕ ਵਾਰੀ ਦੱਸ ਦਿਓ ਹੈ ਨਾ ਜੀ। ਚੰਗਾ ਜੀ, ਫਿਰ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ, ਜੁੜੇ ਰਹੋ ਹੈ ਨਾ ਜੀ। ਕੱਲ੍ਹ ਨੂੰ ਨੈਕਸਟ ਬਲੌਗ ਵੀ ਕੱਲ੍ਹ ਨੂੰ ਪੈ ਜੂਗਾ, ਅੱਜ ਇਹ ਪੈ ਗਿਆ, ਕੱਲ੍ਹ ਨੂੰ ਉੱਥੇ ਮੇਲੇ 'ਤੇ ਜਾਣ ਵਾਲਾ ਪੈ ਜਾਣਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ।